ਆਹ ਪੈਰੋ ਇਹਨਾਂ ਰਹਾ ਤਾਂ ਆਪਾਂ ਆ ਰਹੇ ਆ ਤੇ ਇਹ ਉਹ ਗੇ ਰਸਤੇ ਤੇ ਆ ਆਪਣਾ ਟਰੈਕਿੰਗ ਰੂਟ ਹੈ ਇਹ ਟਰੈਕਿੰਗ ਰੂਟ ਤੇ ਜਾ ਕੇ ਆਪਾਂ ਨੇ ਇੱਥੇ-ਇੱਥੇ ਲੰਘ ਕੇ ਆਹ ਜਿਹੜੇ ਸਾਹਮਣੇ ਪਹਾੜੀ ਹੈ ਨਾ ਆ ਆਪਾਂ ਨੇ ਕਰਾਸ ਕਰਕੇ ਤੇ ਜਾਂਦੇ 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 ਜਿਹੜੀ ਉਹ برف ਪਈ ਹੋਈ ਹੈ ਉਹ برف ਦੇ ਉੱਪਰ ਦੀ ਆਪਾਂ ਨੇ ਕਰਾਸ ਕਰਕੇ ਪਰਲੇ ਪਾਸੇ ਜਾਣਾ ਆਪਾਂ ਨੇ ਕਿ ਇਹ ਹੈਗੀ ਹੈ ਹਾਂ ਪਾਦਰੀ ਪਾਦਰੀ ਦੀ ਪਾਦਰੀ ਦਾ ਏਰੀਆ ਪੈਂਦਾ ਹੈ ਮਤਲਬ ਪਿੰਡ ਪੈਂਦਾ ਪਾਦਰੀ ਇਹਨੂੰ ਆਪਣੇ ਪਰ ਕਰਨਾ ਹੈ ਹਾਂਜੀ ਇੱਥੇ ਫਿਰ ਰੁਕੇ ਸੀ ਪਿੰਨੀਆਂ ਖਾਣ ਵਾਤੇ ਪਿੰਨੀਆਂ ਖਾ ਕੇ ਤੇ ਫਿਰ ਆਪਾਂ ਪਾਣੀ ਪੂਣੀ ਪੀ ਕੇ ਤੇ ਫਿਰ ਆਪਾਂ ਚੱਲਾਂਗੇ ਅੱਗੇ ਆਜਲੀ ਵਰਪ ਹੈ ਨਾ ਇਹ ਆਵਰ ਫੇ ਜੜੀ ਇਹ ਬਰਫ ਨਾਲ ਜਾ ਕੇ ਮੱਥਾ ਲਾਉਣਾ ਪਾਣੀ ਤਾਂ ਕਰਕੇ ਪਹਿਲਾਂ ਪੈਥੋਂ ਪਾਣੀ ਪੋਣੀ ਪੀ ਲਿਏ ਲਓ ਜੀ ਆ ਜਿਹੜਾ ਪਾਣੀ ਹੈ ਨਾ ਇਹ ਪਾਣੀ ਬਰੇ ਕਿੱਥੋਂ ਆ ਰਿਹਾ ਮੈਂ ਦੱਸਦਾ ਇਹ ਪਾਣੀ ਆ ਰਿਹਾ ਜੀ ਇੱਥੋਂ ਆ ਬਰਫ ਪਈ ਹੋਈ ਆ ਦੇਖੋ ਇਹ ਬਰਫ ਤੋਂ ਖੁਰਖੁਰ ਕੇ ਪਾਣੀ ਇਹ ਬਰਫ਼ ਖੁਰ ਕੇ ਪਾਣੀ ਇੱਧਰ ਵਾਣੋ ਵਣੀ ਹੋ ਗਿਆ ਤੇ ਇਹ ਪਾਣੀ ਬਾਅਦ ਵਿੱਚ ਫਿਰ ਝਰਨਿਆਂ ਦੇ ਰੂਪ ਧਰ ਲੈਂਦਾ ਤੇ ਆਪਾਂ ਹੈਗੇ ਆ ਜੰਮੂ ਕਸ਼ਮੀਰ ਦੇ ਏਰੀਆ ਵਿੱਚ ਤੇ ਅੱਗੇ ਤੁਹਾਨੂੰ ਬਰਫ਼ ਹੋਰ ਦਿਖਾਉਨੇ ਆ ਕਿਉਂਕਿ ਬਹੁਤ ਜ਼ਿਆਦਾ ਬਰਫ਼ ਅੱਗੇ ਪਈ ਹੋਈ ਹੈ ਲੈ ਵੀ ਆਪਣੇ ਸਫ਼ਰ ਦੇ ਵਿੱਚ ਚੱਲਦੇ ਆ ਹੋਇਆ ਆਪਾਂ ਬਰਫ਼ ਦੇ ਬਿਲਕੁਲ ਨਜ਼ਦੀਕ ਆ ਆ ਦੇਖੋ ਬਰਫ਼ੀ ਹੈ ਸਾਰੀ ਇਸ ਏਰੀਆ 'ਚ ਤੇ ਜਿੱਦਣ ਤੁਸੀਂ ਨਿਗਾਹ ਮਾਰੋਗੇ ਤੁਹਾਨੂੰ ਬਰਫੀ ਨਜ਼ਰ ਆਊਗੀ ਤੇ ਆਪਾਂ ਚੱਲ ਰਹੇ ਆ ਅੱਗੇ ਬਰਫਾ ਪਿੰਗਲ ਪਿੰਗਲ ਕੇ ਪਾਣੀ ਦੇ ਧਾਰਾ ਬਣਦੀ ਨੇ ਤੇ ਪਾਣੀ ਥੱਲੇ ਲਿਉਂਦਾ ਆ ਆ ਦੇਖੋ ਯਾ ਬਰਫ ਹੈ ਤੇ ਪਿੰਗਲ ਪਿੰਗਲ ਕੇ ਹੁੰਦੇ ਤੇ ਆਪਾਂ ਜਾਣਾ ਹੈ ਇਧਰ ਨੂੰ ਹਰ ਰਸਤੇ-ਰਸਤੇ ਜਾ ਕੇ ਫਿਰ ਆਪਾਂ ਆਪਣੇ ਸਫਰ ਵੱਲ ਜਾਵਾਂਗੇ ਇਹ ਵਗ ਰਿਹਾ ਚਰਨੇ ਤੇ ਆ ਪਾਣੀ ਜਿਹਾ ਨਾ ਜਿੰਦਾਂ ਤੁਸੀਂ ਪਹਾੜਾਂ 'ਚ ਚੱਲਦੇ ਹੋ ਨਾ ਚੱਲਦਾ ਹੋਇਆ ਤਾਂ ਬੰਦਾ ਬੜਾ ਸੁਹਣਾ ਲੱਗਦਾ ਪਰ ਜਦੋਂ ਆ ਜਿਹੜੇ ਮਾਹੌਲ ਦੇ ਟਲੰਗਣਾ ਬੰਦੇ ਨਾ ਦੋਵੇਂ ਪਾਸੇ برفੋ ਹੋਵੇ ਇਧਰ ਵੀ ਹਾਏ ਦੇਖੋ ਇਧਰ ਵੀ ਤੇ ਇਧਰ ਵੀ ਤੇ ਪਰੌਂ ਚੜਾਈ ਹੋਵੇ ਨਾ بس پھر ਰੱਬ ਜੀ ਮੈਂ ਤਾਂ ਫਿਰ ਕੋਈ ਹੋਰ ਵੀ ਚੀਜ਼ ਹੈ ਨਾ ਉਹ ਵੀ ਜਿਆਦਾ ਜਦੀ ਹੈ ਮੇਰਾ ਪਹਿਲੀ ਵਾਰੀ ਤਜਰਬਾ ਹੈ ਬਰਫ ਤੇ ਤੁਰਨ ਦਾ ਤੇ ਮੈਂ ਉਹ ਉੱਪਰ ਚੜਨਾ ਬਰਫ ਤੇ ਤੁਰ ਕੇ ਤੇ ਦੇਖਦੇ ਆ ਫਿਰ ਕਿਵੇਂ ਹੈ ਮਾਹੌਲ ਇਧਰ ਨੂੰ ਤਾਂ ਮੈਂ ਆ ਗਿਆ ਤੇ ਆਪਾਂ ਨੇ ਜਾਣੇ ਸਿਰੇ ਤੇ ਉੱਪਰ ਇਹ ਨਵਾਰਾਦ ਉਹ ਟੌਟੇ ਜਾ ਕੇ ਉੱਪਰ ਦੀ ਫੇਰ ਛੜ ਕੇ ਆਏਗੀ ਛੜ ਕੇ ਆਉਗੀ ਉੱਪਰ ਆਹ ਜਿਹੜਾ ਪਥਰ ਹੈ ਨਾ ਇਹਨੇ ਮੇਰਾ ਕੰਮ ਆਸਾਨ ਕਰਤਾ ਉਹ ਉਥੋਂ ਆਇਆ ਮੈਂ ਛੜਕ ਤੋਂ ਆਇਆ ਨੂੰ ਤੇ ਇਹਨੂੰ ਹੋ ਕੇ ਤੇ ਆ ਪੱਥਰ ਨੇ ਰਸਤਾ ਬਣਾਇਆ ਹੈ ਜਿਹੜਾ ਇਹਨੂੰ ਹੁਣ ਮੈਂ ਰਾਹ ਰਾਹ ਦੇ ਉੱਪਰ ਚੜ ਕੇ ਮੈਨੇ ਆਉਂ ਉੱਪਰ ਚੜਨਾ ਹੈ ਤੇ ਇਹ ਪੱਥਰ ਨੇ ਮੇਰਾ ਕੰਮ ਬਹੁਤ ਆਸਾਨ ਕਰਤਾ ਆਹ ਦੇ ਲੋ ਭਾਈ ਓਏ ਕ ਮੈਂ ਨਾਲ ਨਾਲ ਤੋਂ ਡੈਮੋ ਵੀ ਦੇਣਾ ਚੜਦੇ ਹੋਏ ਆ ਕਿਧਰ ਹੋਊਗਾ ਐਵੇਂ ਹੋਊਗਾ ਬਿਲ ਐਂ ਕਰੋ ਐਂ ਰਸਤਾ ਬਣਾਓ ਆ ਦੇਖੋ ਰਸਤਾ ਬਣਾ ਕੇ ਫੇਰ ਪੈਰ ਰੱਖੋਗੇ ਤਾਂ ਇਹ ਤਲਕਦੀ ਨਹੀਂ ਗਈ ਦੇਖੋ ਇੱਕ ਪਥਰਾ ਆ ਗਿਆ ਇਸ ਪਥਰ ਦੇ ਉੱਤੇ ਇੱਧਰ ਮੈਂ ਰੱਖਣਾ ਤੇ ਚੜੀ ਜਾਣਾ ਵਸ ਉੱਪਰ ਇਧਰ ਕਿਧਰੇ ਵਿੱਚ ਤੇ ਚੜ ਜਾਣਾ ਪਰ ਜਿੰਕੇ ਕਿਉਂਕਿ ਮੇਰੇ ਕੋਲੇ ਮੈਨੂੰ ਮੇਨ ਪ੍ਰੋਬਲਮ ਮੈਨੂੰ ਜਿਹੜੀ ਲੱਗ ਰਹੀ ਹੈ ਨਾ ਬਿਲੇ ਮੇਰੇ ਬੂਟ ਹੈ ਮੇਰੇ ਬੂਟ ਮਤਲਬ ਕਿ ਉਹਨੇ ਦੀ ਗ੍ਰਿਪ ਨਹੀਂ ਹੈ ਜੀ ਬੂਟਾਂ ਦੀ ਤੇ ਬੂਟ ਸੁੱਤਾਂ ਨੂੰ ਬਿਲਕੁਲ ਪਲੇਨ ਹੈ ਤਾਂ ਕਰ ਕਿਥੋਂ ਪੈਰ ਰੱਖਦੇ ਥੋੜਾ ਥੋੜਾ ਪਰ ਕੋਈ ਨਹੀਂ ਕੋਈ ਨਹੀਂ ਚੜਾਂਗੇ ਉਹ ਸਿਰ ਤੱਕ ਜਾਣਾ ਪਉਣੇ ਇਹਨਾ ਆਸਾਨ ਵੀ ਨਹੀਂ ਤੇ ਇਹਨਾ ਮੁਸ਼ਕਿਲ ਵੀ ਨਹੀਂ ਐਦਾਂ ਕਰੋ ਆ ਦੇਖੋ ਐ ਪਹਿਲਾਂ ਜਗ੍ਹਾ ਬਣਾ ਲਓ ਕਿਉਂਕਿ ਇਹਦੇ ਨਾਲ ਫਿਰ ਤੁਹਾਡੇ ਪੈਰ ਨਹੀਂ ਸਲਿੱਪ ਕਰਦਾ ਹੈਗਾ ਐ ਜਗਾ ਬਣਾ ਕੇ ਇਦਾਂ ਇਹਦਾ ਜਗਾ ਬਣ ਗਈ ਹੁਣ ਤੁਹਾਡੇ ਪੈਰ ਨਹੀਂ ਸਲਿੱਪ ਕਰੂਗਾ ਤੇ ਇਦਾਂ ਬਈ ਬਈ ਲਾਉ ਦੇਗਾ ਬੇਰਗਲਸ ਭਾਈਓ ਜੇ ਐਪੀਸ਼ੋਡ ਦੇਖੇ ਹੋਏ ਆ ਜੇ ਤੇ ਉਹ ਦੇਖਦੇ ਨੇ ਆਪਾਂ ਡਿਸਕਵਰੀ ਤੇ ਡਿਸਕਵਰੀ ਜਾਈਂ ਦੱਸਦੇ ਵੀ ਇਹ ਪਾਟੀ ਤੇ ਬਰਫ਼ ਦੇ ਉੱਪਰ ਚੜ੍ਹਨਾ ਕਿਵੇਂ ਹੈ ਆਹ ਦੇਖੋ ਉਥੋਂ ਕਿੱਥੇ ਰਹਿ ਗਿਆ ਉਹ ਉਥੋਂ ਝੜ ਕੇ ਆ ਗਿਆ ਤੇ ਆਪਾਂ ਨੇ ਉਹ ਉੱਪਰ ਝੜਨਾ ਦੇਖੋ ਉੱਪਰ ਨੂੰ ਜਾਣਾ ਹੈ ਪੰਗੇ ਲੈਣ ਵਾਲੀ ਬਾਈ ਰਸਤੇ ਲੱਭਦੇ ਹੁੰਦੇ ਐ ਇਸ ਕਰਕੇ ਪੰਗੇ ਲੈਣ ਦੇ ਕਦੇ ਵੀ ਨਾ ਛੱਡੋ ਪੰਗੇ ਲੈਂਦੇ ਰਹੋ ਉੱਪਰ ਦੀ ਪਹਾੜੀ ਝੜ ਕੇ ਤੇ ਪਹੁੰਚ ਇਸ ਰਸਤੇ ਆ ਗਏ ਹੁਣ ਦੂਜੇ ਪਾਸੇ ਬਰਫ ਪਈ ਹੋਈ ਐ ਹੁਣ ਪਹੁੰਚਾਂਗੇ ਅੱਗੇ ਨੂੰ